ਖਾਣ ਲੱਗੇ ਆ ਤੇ ਜਿਹੜੇ ਮੇਰੇ ਸ਼ੌਕ ਕਰਦੇ ਨਾ ਲੁੱਟਣ ਦੇ ਇਲਾਕੇ 'ਚ ਮੱਝਾਂ ਦਾ, ਅੱਜ ਉਹਨਾਂ ਦੀ ਲੁੱਟਣ ਦਾ ਇਲਾਕਾ ਅਤੇ ਦੋਵੇਂ ਲੁੱਟਣਾ ਨੇ ਪਰ ਵਿਆਹ ਹੀ ਬਾਤਾਂ ਨੇ, ਬਾਕੀ ਗੱਲਾਂ ਤੁਹਾਡਾ ਨਾਂ ਨਹੀਂ ਪਾਈ ਜੀ ਮੁਹੰਮਦ ਉਮਰ ਨਾਲ ਹੋਣ ਗਈਆਂ ਅਤੇ ਜਿੰਨੇ ਮੇਰੇ ਵੀਰ ਮੇਰੇ ਨਾਲ ਅਟੈਕ ਨੇ ਸਾਰਿਆਂ ਨੇ ਮੇਰੇ ਚੈਨਲ ਨੂੰ ਫਾਲੋ ਕੀਤਾ, ਸਾਰਿਆਂ ਨੂੰ ਇਨਸ਼ਾਅੱਲਾ ਤਾਲਾ ਜਾਨਵਰ ਸਦੀਨਾ ਵਹਾਨੇ ਆ, ਬਾਕੀ ਲੈਣੇ ਦੇਣੇ ਨਸੀਬ ਨੇ ਇਨਸ਼ਾਅੱਲਾ, ਪਰ ਜਿਹੜੀ ਇਹਨਾਂ ਦੀ ਖੂਬਸੂਰਤੀ ਕਮਾਲ ਦੀ ਹੈ। ਤਾਲਾ ਮਾੜੀ ਛੋਟੀ ਲਾਹ ਹੈ ਇਹਨੂੰ ਸਿੱਧੀ ਪੱਧਰੀ ਕਰ ਪਿੱਛੋਂ, ਚਿਹਰੇ ਦੀ ਬੜੀ ਖੂਬਸੂਰਤੀ ਹੈ, ਚਿੱਠੀਆਂ ਸਫੈਦ ਅੱਖਾਂ ਅਤੇ ਬਿਲਕੁਲ ਜੀ ਨਿੱਕਾ ਜਿਹਾ ਸਿਹਰੇ, ਅਤੇ ਜਿਹੜਾ ਇਹਦੀ ਖੂਬਸੂਰਤੀ ਕਮਾਲ ਦੀ ਹੈ। ਥੱਲੋਂ ਬਸ ਥੱਲੋਂ ਜਿਹੜਾ ਲਿਬਾਸ ਹੈ ਨਾ ਚੱਡਾ ਖਾਲਸ ਦੁੱਧ ਵਾਲਾ ਹੈ, ਅਤੇ ਖੂਬਸੂਰਤੀ ਬੜੀ ਮਾਸ਼ਾਅੱਲਾ। ਬਾਕੀ ਜਿਹੜੀ ਗੱਲ ਸ਼ੱਲ ਹੋਵੇਗੀ ਲਾਲੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਕੀ ਇਹਦੀ ਗੱਲਬਾਤ ਹੈ, ਕੀ ਇਹਦਾ ਲੇਖਾ ਸ਼ੇਖਾ ਲੈਣਾ। ਹਾਂ ਵੀ ਉਮਰ ਪੈੜਾ ਕੱਢ ਕੇ ਤੋਰ ਕੇ ਵਹਾਵੇ ਨਾ, ਦੋਵੇਂ ਹੀ ਦੂਜਣਾ ਨੇ, ਜੂੰ ਚੰਗੀ ਨਸਲ ਨੁਸਲ ਚੰਗੀ ਹੈ, ਅਸੀਂ ਅਸੀਂ ਪਰਾਂ ਨੂੰ ਕਿੱਧਰ ਨੂੰ ਤੋਰਨਾ ਹੈ, ਅਸੀਂ ਨੂੰ ਤੋਰ ਹਾਂ। ਬਾਕੀ ਗੱਲ ਇਹ ਵੀ ਜਿਹੜੀ ਲੁੱਡਣ ਦੀ ਮੈਂ ਨਾ ਬੁਰੇ ਵਾਲੇ ਆਰਫ ਵਾਲੀ ਸਾਈਡ ਦੀ ਉਹ ਮੱਝਾਂ ਨਾਲ ਨਹੀਂ ਰਲਦੀ, ਇਹਦੀ ਵੀ ਬਣਾਵਟ ਹੈ ਮੇਰੇ ਮਾਲਕ ਦੇ ਕੰਮ ਨੇ ਜਨਾਬ ਕੁਦਰਤ, ਜਿਵੇਂ ਇੰਨੀ ਦੁਨੀਆ ਬੰਦੇ ਨਾਲ ਬੰਦਾ ਨਹੀਂ ਰਲਦਾ ਅਤੇ ਲੁੱਡਣ ਦੀ ਮੱਝ ਵੀ ਨਹੀਂ ਰਲਦੀ ਮੱਝਾਂ ਦੇ ਨਾਲ। ਕਿਆ ਬਾਤ ਹੈ ਜੀ, ਖੂਬਸੂਰਤੀ ਬੜੀ ਹੈ ਅਤੇ ਥਣ ਸੋਹਣਾ। ਥੱਲੇ ਦੇ ਲਾਲਾ ਕੀ ਹੈ? ਕੱਟਾ ਸਿਰ ਬੜਾ ਸੋਹਣਾ ਬਿਲਕੁਲ ਜੀ ਨਿੱਕਾ ਨਿੱਕਾ, ਅਤੇ ਥੱਲੇ ਧੁੰਨੀ ਕੋਨੀ ਕੋੜੀ ਕੋਨੀ, ਇੱਦਾਂ ਹੀ ਆ ਵੀਰੇ ਉਮਰ। ਅੱਛਾ ਲਾਲੇ ਤੂੰ ਕਰਨੀ ਗੱਲ, ਤੂੰ ਵੀ ਯਾਰ ਹੈ, ਤੂੰ ਆ ਜਾ, ਕਿਹੜੀ ਗੱਲ ਹੈ? ਮਾਸ਼ਾਅੱਲਾ ਜੀ ਕਿਆ ਬਾਤ ਹੈ, ਇਹਨੂੰ ਵੀ ਛੱਡ ਕੇ ਟੋਰੀ, ਉਹਨੂੰ ਤਾਂ ਬੰਨ ਲੈ ਤੂੰ, ਮੁੱਛਾਂ ਨੂੰ ਵੱਟ ਦਿੰਦਾ ਆਣਾ ਉਹਨੂੰ ਤਾਂ ਬੰਨ। ਬੜੀ ਮਾਸ਼ਾਅੱਲਾ ਜੀ ਖੂਬਸੂਰਤੀ, ਸ਼ਾਹ ਕਾਲੀ ਮੁਸਕਣ ਭਾਈ ਨਾਲ ਗੱਲ ਛੱਲ ਕਰਨੇ ਆ, ਕੀ ਇਹਨਾਂ ਦੀਆਂ ਡਿਮਾਂਡਾਂ ਨੇ, ਕੀ ਹਿਸਾਬ ਕਿਤਾਬ ਹੈ। ਸੋਹਣਾ ਲਿਬਾਸ ਹੈ ਥੱਲੇ ਜਨਾਬ। ਭਾਈ ਉਮਰ ਆ ਜਾ, ਵੀਡੀਓ ਲੰਮੀ ਆਪਾਂ ਕੋਈ ਨਹੀਂ ਕਰਨੀ, ਜਿਹੜੀ ਗੱਲ ਹੈ ਆ ਜਾ ਉਰਾ ਲੈ ਆ ਜਾ, ਪਰ ਆਦਾ ਹੋ ਜਾ ਤੂੰ। ਅੱਛਾ ਲਿਆ ਮੋੜ ਕੇ ਉਰਾ ਉਮਰ, ਆ ਜਾ ਮੈਦਾਨ 'ਚ, ਕੀ ਹੋਇਆ ਤੈਨੂੰ? ਇਹਦੇ ਕੋਲੇ ਕੀ ਆ? ਦੋਵਾਂ ਕੋਲੇ ਕੱਟੇ ਨੇ ਮੱਝਾਂ ਦੇ, ਮੂੰਹ ਪਰਾਂ ਨੂੰ ਕਰਦੇ। ਲਓ ਜੀ ਅੰਦਾਜ਼ਾ ਲਾਣਾ ਜਨਾਬ, ਖਾਲਸ ਦੁੱਧ ਵਾਲਾ ਬਾਨਾ ਅਤੇ ਜਿਹੜੀ ਚਿਹਰੇ ਦੀ ਖੂਬਸੂਰਤੀ ਬੜੀ ਇਹਨੂੰ ਮਾਸ਼ਾਅੱਲਾ, ਬੱਗੀ ਮੁੱਛ ਅਤੇ ਚਿੱਟੀ ਸਫੈਦ ਆਖੇ ਜਿਹੜੀ ਇਹਦੀ ਖੂਬਸੂਰਤੀ ਨੂੰ ਹੋਰ ਵਧਾਉਂਦੀ ਜੀ, ਮਾਸ਼ਾਅੱਲਾ ਕਿਆ ਬਾਤ ਹੈ। ਇਹ ਲੁੱਡਣ ਦੇ ਜਨਾਬ ਹੀਰੇ ਨੇ ਅਨਮੋਲ ਜਿਹਾ। ਆਪਣਾ ਉਮਰ ਹੋ ਜਾ ਲਾਲਾ ਪਰਾਂ ਨੂੰ ਨਾ ਤੰਗ ਕਰ ਯਾਰ, ਤੇਰੀ ਮਿਹਰਬਾਨੀ। ਉਮਰ ਇੱਥੇ ਆ, ਮੈਂ ਤੇ ਮੂੰਹ ਦੇ ਗਿਆ, ਸਲਾਮਾਂ ਲੈ ਕੰਮ ਆ, ਛੋਟਾ ਤਾਂ ਨਾ ਮਾਰ ਮਾਜ ਨੂੰ ਵੇਖਣ ਦੇ ਮੇਰੇ ਵੱਲੇ। ਹਾਂ ਉਮਰ ਸਲਾਮਾਂ ਲੈ ਕੰਮ, ਕੀ ਹਾਲ ਚਾਲ ਨੇ? ਵਾਹਵਾ ਤਬੀਅਤ, ਸਿਹਤ ਤਾਂ ਕਮਜ਼ੋਰ ਹੀ ਹੈ, ਤਬੀਅਤ ਵਾਹਵਾ ਹੈ। ਅੱਛਾ ਤੇ ਕੀ ਇਹਨਾਂ ਦਾ ਲੇਖਾ ਲੁਖਾ ਲੈਣਾ ਦੋ ਦਾ? ਤੇਰਾ ਭੱਲਾ ਹੋ ਜਾਵੇ, ਤੇਰਾ ਐਡੇ ਐਡੇ ਮੁੱਲ ਕਰਨਾ ਬੁਲਾ ਜਾ ਨਾ, ਜਿਹੜੀਆਂ ਵੇਚਣੀਆਂ ਨੇ ਉਹ ਗੱਲ ਕਰ। ਅੱਛਾ ਕਿੰਨਾ ਕਿੰਨਾ ਦੁੱਧ ਦੇ ਦੋਵਾਂ ਦੇ ਕੋਲੇ? 18-18 ਕਿਲੋ। ਸਿਹਤ ਤਾਂ ਇਹਨਾਂ ਦੀ ਕੋਈ ਨਹੀਂ ਲੱਗਦੀ 18 ਸਿਰ ਦੁੱਧ ਦੇਣ ਵਾਲੀ, ਕਿ ਦਿੰਦੀਆਂ ਨੇ ਮੱਝਾਂ ਲੁੱਡਣ ਦੀਆਂ? ਅੱਛਾ ਆ ਬਾਬਾ ਬੜਾ ਕਬੜੀਜਿਆ ਜਾਂਦਾ ਖਬਰੇ, ਇਹਨੇ ਖੁੱਸੇ ਵਾਲਾ ਬਾਬਾ ਜਿਹੜਾ ਹੈ। ਅੱਛਾ ਤੇ ਵੀਰੇ 18-18 ਨਹੀਂ 14-14 ਸਿਰ ਵੀ ਹੋਵੇ ਤੇ ਦੁੱਧ ਬੜਾ ਹੈ। ਅੱਛਾ ਤੇ ਕੀ ਇਹਨਾਂ ਦੋਵਾਂ ਦਾ ਆਪਾਂ ਲੇਖਾ ਲੁਖਾ ਲੈਣਾ? ਹਾਂ 16 ਲੱਖ ਰੁਪਈਆ। ਨਹੀਂ 16 ਤਾਂ ਬਹੁਤਾ ਹੈ, ਕੋਈ ਮੁਹੱਬਤ ਕਰ ਜਿੰਨੇ ਦੀਆਂ ਵੇਚਣੀਆਂ ਨੇ, ਬੰਦੇ ਬੜੇ ਹਜ਼ਾਰਾਂ ਵੇਖਣ ਵਾਲੇ ਹੁੰਦੇ ਨੇ ਜਿਹੜੇ ਵੇਖ ਕੇ ਆਖਣ ਵੀ
ਹਾਂ ਜਿੰਨੇ ਦੀਆਂ ਪੱਕੀ ਆਵਾਜ਼ ਦੇ ਦੇ ਆ, ਪੰਦਰਾਂ ਤੋਂ ਘੱਟ ਨਹੀਂ ਵੇਚਣੀਆਂ। ਚਲੋ ਤੇਰਾ ਰੀਜੇ ਕਿ ਠੀਕ ਹੈ ਭਰਾਵਾ, ਕੋਈ ਨਹੀਂ ਰੌਲਾ। ਲਓ ਜੀ 15 ਲੱਖ ਰੁਪਈਆ ਇਹਨਾਂ ਦੀ ਡਿਮਾਂਡ ਹੈ, ਜੇ ਕਿਸੇ ਵੀਰ ਸੱਜਣ ਦੇ ਪਸੰਦ ਆ ਜਾਣ ਇਲਾਕਾ ਲੁੱਡਣ ਤੇ। ਪਰ ਖੂਬਸੂਰਤ ਹੈ ਇਹ ਲਾਲਾ, ਇਵੇਂ ਕਿ ਨਹੀਂ ਐਵੇਂ ਬੰਦਾ ਗੱਲ ਕੀਤੀ ਜਾਵੇ। ਮੈਂ ਇਹਦੇ ਵਿੱਚ ਕਮੀ ਕੋਨੀ, ਸੋਹਣਾ ਸੋਹਣਾ ਲਿਬਾਸ ਹੈ, ਸੋਹਣੀਆਂ ਵੰਡਾਂ ਨੇ, ਤੇ ਜਿਹੜਾ ਚਿਹਰਾ ਇਹਦਾ ਚਿਹਰਾ ਕਮਾਲ ਦਾ ਹੀ ਹੈ ਜਨਾਬ, ਚਿਹਰੇ ਤੇ ਆ ਕੇ ਤਾਂ ਕੀ ਹੋ ਜਾਂਦੀ। ਮਾਸ਼ਾਅੱਲਾ ਜੀ, ਇਹ ਤਾਂ ਜਿਹੜੇ ਸ਼ੌਕੀਨ ਨੇ ਨਾ ਉਹਨਾਂ ਨੇ ਇਸ ਚੀਜ਼ ਨੂੰ ਸਮਝਣਾ ਹੈ, ਕਿਆ ਆਮ ਬੰਦਾ ਨਹੀਂ। ਤੇ ਜਿਹੜੇ ਬੰਦੇ ਆਸ਼ਿਕ ਇਸ਼ਕ ਕਰਦੇ ਨੇ ਨਾ, ਉਹ ਹੀ ਮੱਝਾਂ ਦੇ ਰੁਪਈਏ ਭਰਦੇ ਨੇ। ਹੈ ਲਓ ਜੀ, ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ। ਹੈ ਚੰਗੀ ਆ, ਓਕੇ, ਰੋਟੀਆਂ ਹੀ ਖਾਧੀ ਜਾਂਦਾ। ਹੈ ਹਾਂ, ਖੈਰਪੁਰ ਦੀ ਆ, ਭੁੱਖ ਲੱਗੀ ਆ, ਰੋਟੀਆਂ ਜੇਬ 'ਚ ਪਾਈ ਜਾਂਦਾ ਬੰਦਾ ਬਣ ਜਾ। ਹੈਲੋ, ਰੋਟੀਆਂ ਇਹ ਕੀ ਜੇਬ 'ਚ ਪਾਉਂਦਾ ਪਾਈ ਜਾਂਦਾ, ਜਦੋਂ ਭੁੱਖ ਲੱਗਦੀ ਉਦੋਂ ਖਾ ਲੈਂਦਾ। ਕਿੱਥੋਂ ਦੀਆਂ ਨੇ? ਆਸ਼ਰਪੁਰ, ਖੈਰਪੁਰ ਦੇ। ਬੰਦਾ ਸਹੀ ਆਖੀ ਜਾਂਦਾ, ਲੁੱਡਣ ਵਾਲੀ ਸਾਈਡ ਦੀਆਂ। ਉੱਥੇ ਹੀ ਰਹਿੰਦਾ ਤੂੰ?